ਪਰਤਗੜ੍ਹ ਪੁਲਿਸ ਵੱਲੋਂ 300 ਬੋਤਲਾਂ ਨਜਾਇਜ਼ ਸ਼ਰਾਬ ਸਮੇਤ 2 ਕਾਬੂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਈ ਮੁਹਿੰਮ ਨਸ਼ੇ ਨੂੰ ਠੱਲ ਪਾਉਣ ਦੇ ਮੰਤਵ ਨਾਲ ਰੋਪੜ SSP ਦੀਆਂ ਹਦਾਇਤਾਂ ਤੇ ਵਿੱਢੀ ਗਈ ਮੁਹਿੰਮ ਤਹਿਤ ਪਰਤਗੜ੍ਹ ਪੁਲਿਸ ਵੱਲੋਂ 300 ਬੋਤਲਾਂ ਸ਼ਰਾਬ ਸੇਲ ਫਾਰ ਚੰਡੀਗੜ੍ਹ ਫੜੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਪਰਤਗੜ੍ਹ ਅਵਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਦਬੋਟਾ ਟੀ ਪੁਆਇੰਟ ਤੇ ਸਮੇਤ ਪੁਲਿਸ ਪਾਰਟੀ ਨਾਕਾ ਲਾਇਆ ਹੋਇਆ ਸੀ। ਇੱਕ ਵਰਨਾ ਕਾਰ ਘਨੌਲੀ ਦੀ ਤਰਫੋਂ ਤੋਂ ਆਈ ਇਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ। ਤਲਾਸ਼ੀ ਲੈਣ ਤੇ 25 ਪੇਟੀਆਂ ਸ਼ਿਮਲੇ ਅੰਗਰੇਜ਼ੀ ਆਪ ਵਰਕਰ ਚੰਡੀਗੜ੍ਹ ਰੱਖੀ ਹੋਈ ਸੀ, ਜਿਸ ਨੂੰ ਕਬਜ਼ੇ ਵਿੱਚ ਲੈ ਕੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚੱਲ ਕਰਦੇ ਅੱਗੇ। ਚੱਲ ਅਨਿਲ ਵੜ। ਕੀ ਮਾਮਲਾ ਅੱਜ? ਇਹ ਬ੍ਰਦਰ ਕਿ ਨਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਠੀਕ ਹੈ ਕਿ ਨਾ ਮਾੜੇ ਅਨਸਰਾਂ ਦੇ ਜੋ ਨਸ਼ੇ ਵਗੈਰਾ ਵੇਚਣ ਦੇ ਕੰਮ ਕਰਦੇ ਨੇ ਉਹਦੇ ਸੰਬੰਧ ਦੇ ਵਿੱਚ ਸਾਡੇ ਮਾਨਯੋਗ SSP ਸਾਹਿਬ ਉਹਨਾਂ ਨੇ ਸਾਡੀ ਇੱਕ ਮੁਹਿੰਮ ਚਲਾਈ ਹੋਈ ਸੀਗੀ, ਜਿਸ ਸੰਬੰਧੀ ਅਸੀਂ ਨਾਕਾ ਦਬੋਟਾ ਮੋੜ 'ਤੇ ਲਾਇਆ ਹੋਇਆ ਸੀਗਾ ਅਤੇ ਚੈਕਿੰਗ ਕਰ ਰਹੇ ਸੀ ਗੱਡੀਆਂ ਦੀ। ਤਾਂ ਇੰਨੇ ਵਿੱਚ ਇੱਕ ਅਚਾਨਕ ਗੱਡੀ CH 056 ਵਾਰਕਾ ਠੀਕ ਆ ਵਰਨਾ ਫਰੂਟਿਕ ਆਈ ਜੀ ਨੂੰ ਜਿਹਦੇ ਵਿੱਚ 2 ਬੰਦੇ ਬੈਠੇ ਸੀ ਜੋ ਪੁਲਿਸ ਸਾਹਮਣੇ ਪੁਲਿਸ ਪਾਰਟੀ ਨੂੰ ਖੜੀ ਨੂੰ ਦੇਖ ਕੇ ਗੱਡੀ ਨੂੰ ਭਜਾਉਣ ਲੱਗੇ। ਜਿਨ੍ਹਾਂ ਦੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਇਹਨਾਂ ਨੂੰ ਆਪਣੇ ਮੇਰੇ ASI ਸਰਜੀਤ ਸਿੰਘ ਨੇ ਕਾਬੂ ਕੀਤਾ, ਜਿਸ ਦੇ ਆਧਾਰ 'ਤੇ ਇਹਨਾਂ ਦੀ ਜਦੋਂ ਕਾਬੂ ਕਰਕੇ ਇਹਨਾਂ ਦੀ ਗੱਡੀ ਦੀ ਤਲਾਸ਼ੀ ਲਈ ਦੇ ਜਿਹਦੇ ਵਿੱਚੋਂ 25 ਪੇਟੀਆਂ ਸ਼ਰਾਬ ਮਾਰਕਾ 999 ਫਾਰ ਸੇਲ ਚੰਡੀਗੜ੍ਹ ਬਰਾਮਦ ਹੋਈ, ਜਿਸ ਦੇ ਆਧਾਰ 'ਤੇ ਇਹਨਾਂ ਦੇ ਖਿਲਾਫ਼ ਅਸੀਂ ਪਰਚਾ ਦਰਜ ਕਰਕੇ ਅਗਲੀ ਤੱਪੀ ਸਾਡੀ ਹਲੇ ਜਾਰੀ। ਕਿੱਥੇ ਜਾ ਰਹੇ ਸੀ ਇਹ? ਇਹ ਇੱਕ ਬੰਦਾ ਹੈਗਾ ਰੱਤੋਵੇੜਾ BDPO ਆਪਣਾ ਡਿਸਟ੍ਰਿਕਟ ਹੁਸ਼ਿਆਰਪੁਰ ਦਾ, ਅਤੇ ਇੱਕ ਬੰਦਾ ਹੈਗਾ ਇਹਦੇ ਵਿੱਚ ਓਂਕਾਰ ਗੁਰਮੁਖ ਸਿੰਘ ਜਿਹੜਾ ਡਰਾਈਵਰ ਸੀਗਾ ਉਹ ਹਰੀਪੁਰੇ ਦਾ ਸੀਗਾ ਥਾਣਾ ਸਦਰ ਰੋਪੜ ਦਾ, ਅਤੇ ਇੱਕ ਬੰਦਾ ਹੈਗਾ ਇਹਦੇ ਵਿੱਚ ਓਂਕਾਰ ਸਿੰਘ ਉਹ ਹੈਗਾ ਰੱਤੋਵੇੜਾ BDPO ਥਾਣਾ ਕਾਨਗੜ ਕਾਠਗੜ੍ਹ। ਅਤੇ ਪਿੱਛੇ ਦਾ ਰਿਕਾਰਡ ਕਿੱਦਾਂ ਦਾ? ਪਹਿਲਾਂ ਵੀ ਭੇਜਦੇ ਕਈ ਕੰਮ ਕਰਦੇ? ਇਹ ਦੱਸ ਫਿਲਹਾਲ ਇਸ ਸੰਬੰਧੀ ਸਾਡੀ ਹਲੇ ਤਫਤੀਸ਼ ਜਿਹੜੀ ਜਾਰੀ ਆ, ਉਸ ਸੰਬੰਧੀ ਹਲੇ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਹਾਸਲ ਕਰਕੇ ਉਸ ਬਾਅਦ ਵਿੱਚ ਜੋ ਹੋਊਗੀ ਅਗਲੀ ਤਫਤੀਸ਼ ਉਹ ਆਪ ਨੂੰ ਜਾਣ।